ਕੀ microwaves ਹੁੰਦਾ ਕੀ ਆ ਹੁਣ ਲੋਕੀ ਕਹਿੰਦੇ ਹਾਏ ਇਹਦੇ ਨਾਲ ਕੈਂਸਰ ਹੋ ਸਕਦਾ ਨਹੀਂ ਇਹ ਨੋਨ ਆਇੋਨਾਈਜ਼ਿੰਗ ਆ ਇਹਦੇ ਨਾਲ ਕੈਂਸਰ ਕਦੀ ਨਹੀਂ ਹੋਊਗਾ ਜਿੱਦਾਂ ਸਾਊਂਡ ਵੇਵ ਆ ਜਿਹੜਾ ਆਪਾਂ ਹੁਣ ਗੱਲ ਕਰ ਰਹੇ ਆ ਇਹ ਵੇਵਸ ਦੇ ਵਿੱਚ ਚੱਲਦਾ ਛੱਲਾਂ ਦੇ ਵਿੱਚ ਚੱਲਦਾ ਇਹਦੇ ਨਾਲ ਕੁਝ ਨਹੀਂ ਹੁੰਦਾ 2.45 gigahertz ਬੇੜੀ ਬਹੁਤ ਸੂਖਮ ਆ ਔਰ ਤੁਹਾਨੂੰ ਇਹ ਹਾਮ ਨਹੀਂ ਕਰ ਸਕਦੀ ਇਹ ਕੈਂਸਰ ਨਹੀਂ ਕਰ ਸਕਦੀ ਇਹ ਰੇਡੀਏਸ਼ਨ ਨਹੀਂ ਹੈ ਮਾਈਕਰੋਵੇਵ ਜਦੋਂ ਔਨ ਕੀਤਾ ਤੁਸੀਂ ਉਹਦੇ ਅੰਦਰ ਝਾਤੀ ਮਾਰ ਕੇ ਨਾ ਦੇਖੋ 1 ਫੁੱਟ ਦੂਰ ਰਹਿਣਾ ਚਾਹੀਦਾ ਕਿਉਂਕਿ ਉਸ ਮਾਹੌਲ ਦੇ ਵਿੱਚ ਜਿਹੜਾ ਹੈਗਾ ਮਾਈਕਰੋਵੇਵ ਦੀ ਰੇਡੀਏਸ਼ਨ ਹੈਗੀ ਆ ਸਰ ਨੂੰ ਪਿਆਰ ਭਰ ਸਤਿ ਸ਼ਕਾਲ ਨਮਸਤੇ ਸਲਾਮ ਵਾਲੇਕੁਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਲੱਸ ਟੀਵੀ ਦੇ ਸੋਜਨ ਤੇ ਤੁਸੀਂ ਦੇਖ ਰਹੇ ਤੁਹਾਡਾ ਬੜਾ ਹੀ ਪੌਪੂਲਰ ਮਨ ਚਾਹੰਦਾ ਸ਼ੋ ਹੈਲੋ ਡਾਕਟਰ ਤੁਹਾਡੇ ਸਿਹਤ ਬਾਰੇ ਤੁਹਾਨੂੰ ਜਾਗਰੂਕ ਰੱਖਣਾ ਸਾਡਾ ਫਰਜ ਹੈ ਅੱਜ ਗੱਲ ਅਸੀਂ ਮਾਈਕ੍ਰੋਵੇਵ ਦੀ ਕਰਨੀ ਆ ਬੜੇ ਵਾ ਵਿਵਾਦ ਚ ਵਿਚਾਰਾ ਮਾਈਕ੍ਰੋਵੇਵ ਤੁਰਿਆ ਫਿਰਦਾ ਕਦੀ ਇਨਫੋਰਮੇਸ਼ਨ ਕੋਈ ਸੱਚੀ ਹੁੰਦੀ ਆ ਕੋਈ ਝੂਠੀ ਹੁੰਦੀ ਆ ਕੋਈ ਇੰਟਰਨੈਟ ਤੇ ਫਲੋਟ ਹੁੰਦੇ ਆ ਕੋਈ ਕਹਿੰਦਾ ਜਾਪਾਨ ਵਾਲਾ ਨੇ ਬੰਦ ਕਰ ਦੇਣਾ ਹੁਣ ਇਹਦੇ ਉੱਤੇ ਆਪਾਂ ਥੋੜੀ ਜੀ ਗੱਲਬਾਤ ਕਰ ਲਈਏ ਵੀ ਮਾਈਕ੍ਰੋਵੇਵ ਹੁੰਦਾ ਕੀ ਆ ਤੁਸੀਂ ਰੇਡੀਓ ਵੇਵ ਸੁਣਿਆ ਹੋਣਾ ਤੇ ਰੇਡੀਓ ਸਾਰਿਆਂ ਦੇ ਘਰ ਹੈਗਾ ਆਪਾਂ ਸੁਣਦੇ ਹੁੰਦੇ ਸੀ ਕਈ ਵਾਰ ਟੀਵੀ ਤੋਂ ਪਹਿਲਾਂ ਰੇਡੀਓ ਹੀ ਇੱਕ ਮੀਡੀਅਮ ਹੁੰਦਾ ਸੀ ਉਹ ਵੀ ਵੇਵ ਆ ਤੁਸੀਂ ਜਿਹੜਾ ਸੈਲਫੋਨ ਯੂਜ਼ ਕਰਦਾ ਉਹ ਕੀ ਉਹ ਉਦਾਂ ਹੀ ਹੁੰਦਾ ਉਹ ਵੀ ਇੱਕ ਮਾਈਕ੍ਰੋਵੇਵ ਦਾ ਵੀ ਹਿੱਸਾ ਹੀ ਆ ਸੋ ਇਹ ਤਰੰਗਾਂ ਹੈਗੀਆਂ ਇੱਕ ਵੇਵਸ ਹੈਗੀਆਂ ਹੁਣ ਲੋਕੀ ਕਹਿੰਦੇ ਹਾਏ ਇਹਦੇ ਨਾਲ ਕੈਂਸਰ ਹੋ ਸਕਦਾ ਨਹੀਂ ਇਹ ਨੋਨ ਆਇਓਨਾਈਜ਼ਿੰਗ ਆ ਇਹਦੇ ਨਾਲ ਕੈਂਸਰ ਕਦੀ ਨਹੀਂ ਹੋਊਗਾ ਜਿੱਦਾਂ ਸਾਊਂਡ ਵੇਵ ਆ ਜਿਹੜਾ ਆਪਾਂ ਹੁਣ ਗੱਲ ਕਰ ਰਹੇ ਆ ਇਹ ਵੇਵਸ ਦੇ ਵਿੱਚ ਚੱਲਦਾ ਛੱਲਾਂ ਦੇ ਵਿੱਚ ਚੱਲਦਾ ਇਹਦੇ ਨਾਲ ਕੁਝ ਨਹੀਂ ਹੁੰਦਾ ਉਦਾਂ ਹੀ ਰੇਡੀਓ ਐਕਟਿਵ ਵੇਵਸ ਹੈਗੇ ਆ ਇਲੈਕਟ੍ਰੋਮੈਗਨੈਟਿਕ ਵੇਵਸ ਹੈਗੇ ਆ ਤੇ ਉਦਾਂ ਹੀ ਮਾਈਕ੍ਰੋਵੇਵ ਹੈਗੇ ਆ ਜਦੋਂ ਦੂਜੀ ਮਹਾਜੰਗ ਵਰਲਡ 2 ਆਰੰਭਿਆ ਸੀ ਉਦੋਂ ਮਾਈਕ੍ਰੋਵੇਵ ਦਾ ਨਿਯੁਕਤ ਹੋ ਰਿਹਾ ਸੀ ਵੀ ਇਹ ਟੈਕਨੋਲੋਜੀ ਆਪਾਂ ਯੂਜ਼ ਕਰੀਏ ਰੈਡਾਰ ਦੇ ਡਿਵੈਲਪਮੈਂਟ 'ਚ ਹਾਈ ਫ੍ਰੀਕੁਐਂਸੀ ਸਾਊਂਡ ਦੇ ਵਿੱਚ ਕਮਿਊਨੀਕੇਸ਼ਨ ਦੇ ਵਿੱਚ ਇੱਕ ਬਹੁਤ ਹੀ ਭੋਲਾਪਾਲਾ ਬੰਦਾ ਸੀ ਉਹ ਵੀ ਮਤਲਬ ਵੀ ਜੁਗਾੜ ਆਪਣਾ 셀ਫ ਮੇਡ ਇੰਜੀਨੀਅਰ ਸੀ ਵੀ ਉਹਨੇ ਕੋ ਡਿਗਰੀ ਨਹੀਂ ਲਿੱਤੀ ਲੇਕਿਨ ਉਹਦਾ ਐਸ ਵੀ ਕੋਈ ਪ੍ਰੋਬਲਮ ਹੈ ਤਾਂ ਉਹਨੂੰ ਕਿਦਾਂ ਆਪਾਂ ਉਹਨੂੰ ਨਿਯੁਕਤਣਾ ਕੋਈ ਨਵੀਆਂ ਮਸ਼ੀਨਾਂ ਬਣਾਉਣੀਆਂ ਤਾਂ ਉਹਨੇ ਇੱਕ ਮਾਈਕ੍ਰੋਵੇਵ ਦਾ ਜਨਰੇਟਰ ਲੈ ਕੇ ਇੱਕ ਵੈਕਿਊਮ ਟਿਊਬ ਆ ਉਹ ਕ੍ਰੀਏਟ ਕਰਕੇ ਸਟੱਡੀ ਕਰ ਰਿਹਾ ਸੀ ਉਹਦਾ ਨਾਮ ਸੀ ਪਰਸੀ ਸਪੈਂਸਰ ਪੀ ਆਰ ਸੀ ਵਾਈ ਸਪੈਂਸਰ ਐਸ ਪੀ ਈ ਐਨ ਸੀ ਆਰ ਇਹ 1945 ਦੀ ਗੱਲ ਹੈਗੀ ਜਦੋਂ ਕਰ ਰਿਹਾ ਸੀ ਉਹਨੇ ਦੇਖਿਆ ਵੀ ਉਹਦੇ ਜੇਬ ਚ ਨਾ ਇੱਕ ਚਾਕਲੇਟ ਪਿਆ ਹੋਇਆ ਸੀ ਉਹਦਾ ਜੀ ਕਰਦਾ ਸੀ ਚਾਕਲੇਟ ਖਾਣ ਉਹ ਮੈਲਟ ਹੋਣਾ ਸ਼ੁਰੂ ਹੋ ਗਿਆ ਫਿਰ ਉਹਨੇ ਦੇਖਿਆ ਵੀ ਜਿਹੜੇ ਵੇਵਸ ਹੈਗੇ ਆ ਟਿਊਬ 'ਚ ਸ਼ਾਇਦ ਉਹਨਾਂ ਕਰਕੇ ਹੈਗਾ ਤਾਂ ਉਹਨੇ ਜਿਹੜੇ ਮੱਕੀ ਦੇ ਦਾਣੇ ਆ ਉਹ ਇੱਕ ਕੋਲੀ ਚ ਪਾ ਕੇ ਰੱਖੇ ਤੇ ਜਿਹੜੀ ਟਿਊਬ ਦੇ ਲੱਗੇ ਕੀਤੇ ਤੇ ਉਤੋਂ ਪਾਪਕੋਰਨ ਜਾਂ ਫੁੱਲੇਵਰਨੇ ਸ਼ੁਰੂ ਹੋ ਗਏ ਫਿਰ ਉਹਨੇ ਇੱਕ ਹੋਰ ਬੰਗਾ ਲੇਟਾ ਉਹਨੇ ਅੰਡਾ ਰੱਖਤਾ ਜਦੋਂ वेव्स ਅੰਡੇ ਨੂੰ ਗਰਮ ਕਰਦਾ ਗਿਆ ਕਰਦਾ ਗਿਆ ਤੇ ਅੰਡਾ ਜਿਦਾ ਬੰਬ ਨਹੀਂ ਹੁੰਦਾ ਉਹਦਾ ਐਕਸਪਲੋਡ ਹੋ ਗਿਆ ਉਹਨੂੰ ਇਹ ਪਤਾ ਤਾਂ ਲੱਗ ਗਿਆ ਵੀ ਇਹ ਕੁਛ ਨਾ ਕੁਛ ਇਹ ਤਰੰਗਾਂ ਕਰਦੀਆਂ ਸੋ ਉਹਨੇ ਪਹਿਲੀ ਵਾਰ ਸਾਇੰਸ ਨੂੰ ਦੱਸਿਆ ਵੀ ਇਹਨਾਂ ਦੀ ਫ੍ਰੀਕੁਐਂਸੀ ਹੈ 2.45 ਗਿਗਾਹਰਟਜ਼ ਬੇੜੀ ਬਹੁਤ ਸੂਖਸ਼ਮ ਹੈ ਔਰ ਤੁਹਾਨੂੰ ਇਹ ਹਾਮ ਨਹੀਂ ਕਰ ਸਕਦੀ ਇਹ ਕੈਂਸਰ ਨਹੀਂ ਕਰ ਸਕਦੀ ਇਹ ਰੇਡੀਏਸ਼ਨ ਨਹੀਂ ਹੈ ਰੇਡੀਏਸ਼ਨ ਦੀ ਮੁਰਾਦ ਹੈਗੀ ਜਦੋਂ ਹੁਣ ਸਮਝੋ ਆਪਾਂ ਇੱਕ ਐਕਸ-ਰੇ ਕਰੋਂ ਜਾਂਦੇ ਹਾਂ ਨਾ ਤੇ ਸਾਨੂੰ ਬੜਾ ਸੁਕਸ਼ਮ ਡੋਸ ਮਿਲਦਾ ਰੇਡੀਏਸ਼ਨ ਦਾ ਲੇਕਿਨ ਉਹ ਮੈਡੀਕਲੀ ਸਾਨੂੰ ਚਾਹੀਦੇ ਹੁੰਦੇ ਐ ਐਕਸ-ਰੇ ਉਹਦਾ ਹੈ ਨਾ ਅਗਰ ਸੀਟੀ ਸਕੈਨ ਜੇ ਕਰੋਂ ਜਾਂਦੇ ਆ ਬ੍ਰੇਨ ਦਾ ਜਾਂ ਕੋਈ ਵੀ ਬੋਡੀ ਦਾ ਤੇ ਪੰਜ ਤੋਂ 6 ਐਕਸ-ਰੇ ਜਿੰਨਾ ਰੇਡੀਏਸ਼ਨ ਮਿਲਦਾ ਜਦੋਂ ਅਸੀਂ ਪੋਲਰ ਫਲਾਈਟਸ ਲੈਂਦੇ ਆ ਇਧਰ ਹਿੰਦੁਸਤਾਨ ਜਾਣਾ ਤਾਂ ਜਿਹੜਾ ਨਾਰਥ ਪੋਲ ਆ ਉਹਦੇ ਉੱਤੋਂ ਦੀ ਫਲਾਈਟ ਜਾਂਦ ਕੇ ਡਿੱਗਦੀ ਥੱਲੇ ਉਹ ਛੋਟਾ ਰੂਟ ਐ ਈਜ਼ੀ ਰੂਟ ਐ ਜਿਹਦੇ ਵਿੱਚ ਬਹੁਤ ਸਾਰੀਆਂ ਕੰਟਰੀਆਂ ਵੀ ਨਹੀਂ ਆਉਂਦੀਆਂ ਤੋ ਉਦੋਂ ਸੂਰਜ ਦੇ ਲਾਗੇ ਜਿਹੜਾ ਹੈਗਾ ਉੱਥੋਂ ਸਾਨੂੰ 2 ਜਾਂ 3 ਐਕਸਰੇ ਜਿੰਨੀ ਰੇਡੀਏਸ਼ਨ ਮਿਲਦੀ ਆ ਇਹ ਤੇ ਪੈਸੇਂਜਰ ਦੀ ਗੱਲ ਹੈ ਜਿਹੜੇ ਪਾਇਲਟ ਰੋਡ ਚਲਾਉਂਦੇ ਉਹਨਾਂ ਦਾ ਕੀ ਹੁੰਦਾ ਹੋਊਗਾ ਸੋ ਛੋਟੀ ਮੋਟੀ ਰੇਡੀਏਸ਼ਨ ਸਾਡੀ ਐਕਸਪੋਜ਼ਰ ਰੋਜ਼ ਹੋ ਰਹੀ ਆ ਲੇਕਿਨ ਜਿਹੜਾ ਮਾਈਕ੍ਰੋਵੇਵ ਦਾ ਜਿਹੜਾ ਹੈਗਾ ਉਹ ਰੇਡੀਏਸ਼ਨ ਨਹੀਂ ਆ ਜਿਹੜੀ ਐਟੋਮਿਕ ਬੌਮ ਦੀ ਰੇਡੀਏਸ਼ਨ ਹੈ ਉਹ ਜੁਦਾ ਜਦੋਂ ਤੁਸੀਂ ਹਿਰੋਸ਼ਿਮਾ ਨਾਗਾਸਾਕੀ ਦਾ ਸੁਣਿਆ ਹੋਣਾ ਅਜੇ ਤੱਕ ਕਈ ਬੱਚੇ ਆ ਉਹਨਾਂ ਦਾ ਮੂੰਹ ਮੰਦਰਾ ਠੀਕ ਨਹੀਂ ਜਨਮ ਹੋ ਰਿਹਾ ਕੈਂਸਰਸ ਹੋ ਰਿਹਾ ਉਹ ਨਹੀਂ ਹੈਗਾ ਸੋ ਪਹਿਲੀ ਗੱਲ ਤਾਂ ਇਹ 100% ਸੇਫ ਹੈਗਾ ਜਦ ਪਹਿਲਾ ਮਾਈਕ੍ਰੋਵੇਵ ਬਣਿਆ ਨਾ ਜਿੱਦਾਂ ਸਾਡੇ ਵੱਡੇ ਫ੍ਰਿਜ ਨਹੀਂ ਹੁੰਦੇ ਉਹ ਸਕਾਰ ਦਾ ਹੁੰਦਾ ਸੀ ਤੇ ਉਸ ਜਮਾਨੇ 'ਚ 5000 ਡਾਲਰ ਦਾ ਹੁੰਦਾ ਸੀ ਤੁਸੀਂ ਦੇਖ ਲਓ ਅੱਜ ਤੋਂ ਕਰੀਬਨ ਕਰੀਬਨ 80 ਸਾਲ ਪਹਿਲੋਂ ਤੇ ਬੜਾ ਮਹਿੰਗਾ ਸੀ 1970 ਦੇ ਦਹਾਕੇ 'ਚ ਇਹਦਾ ਸਾਈਜ਼ ਛੋਟਾ ਹੋਇਆ ਜਿਹੜਾ ਅੱਜ ਅਸੀਂ ਇਸਤੇਮਾਲ ਕਰਦੇ ਹਾਂ ਇਹਦੀ ਕਾਸਟ ਵੀ ਜਿਹੜੀ ਘਟੇ ਹੁਣ ਮਾਈਕ੍ਰੋਵੇਵ ਸਾਡੇ ਲਈ ਇੱਕ ਕੁਕਿੰਗ ਦਾ ਇੱਕ ਜਰੀਆ ਬਣ ਗਿਆ ਲੇਕਿਨ ਉਹ ਸਾਰੇ ਕੁਕਿੰਗ ਦਾ ਜਰੀਆ ਰਿਪਲੇਸ ਨਹੀਂ ਕਰ ਸਕਦਾ ਜਦੋਂ ਤੁਸੀਂ ਪਕੌੜੇ ਤਲਨੇ ਤੁਹਾਨੂੰ ਤੇ ਤੇਲ ਗਰਮ ਕਰਨਾ ਹੀ ਪੈਣਾ ਕੜਾਈ 'ਚ ਉਸ ਤੋਂ ਬਗੈਰ ਤਾਂ ਪਕੌੜੇ ਨਹੀਂ ਬਣਨੇ ਸੋ ਉਹ ਕੰਮ ਮਾਈਕ੍ਰੋਵੇਵ 'ਚ ਨਹੀਂ ਹੋ ਸਕਦਾ ਦੂਜਾ ਹੈਗਾ ਵੀ ਅਗਰ ਕੋਈ ਚੀਜ਼ ਤੁਹਾਨੂੰ ਰਿੰਨੀਆਂ ਪਕੌਣੀਆਂ ਜਿੱਦਾਂ ਦਾਲ ਆ ਕਾਲੇ ਚਨੇ ਆ ਉਹਦੇ ਲਈ ਤੁਹਾਨੂੰ ਉਬਾਲਣਾ ਪਊਗਾ ਜਾਂ ਪ੍ਰੈਸ਼ਰ ਕੁੱਕਰ ਹੀ ਕਰਨਾ ਪਊਗਾ ਮਾਈਕ੍ਰੋਵੇਵ ਚ ਕੰਮ ਕਰਨੇ ਬੜੇ ਓਕੇ ਆ ਸੋ ਬੋਤਾ ਕਰਕੇ ਮਾਈਕ੍ਰੋਵੇਵ ਦਾ ਕੋਈ ਚੀਜ਼ ਆ ਉਹਨੂੰ ਗਰਮ ਕਰਨੀ ਜਦੋਂ ਹਾਂ ਸਮਝੋ ਕੋਈ ਚੀਜ਼ ਸਾਡੇ ਘਰ ਪਈ ਆ ਅਸੀਂ ਚਾਹਦੇ ਆ ਵੀ 2-4 ਮਿੰਟ ਚ ਗਰਮ ਹੋ ਜਾਏ ਭਈ ਖਾ ਲਈਏ ਦਾਲ ਸਬਜ਼ੀ ਬਣੀ ਆ ਉਹਦੇ ਲਈ ਬੋਤਾ ਯੂਜ਼ ਹੁੰਦਾ ਜਾਂ ਚਾਹ ਬਣੀ ਆ ਤੇ ਮੜੀ ਗਰਮ ਕਰਨੀ ਆ ਉਹ ਆਪਾਂ ਯੂਜ਼ ਕਰਦੇ ਆ ਜਾਂ ਦੁੱਧ ਗਰਮ ਕਰਨਾ ਉਹਦੇ ਚ ਕਰਦੇ ਆ ਇੱਕ ক্লোਸਡ ਜਿਹੜਾ ਬਾਕਸ ਹੈਗਾ ਬਹੁਤ ਸਸਤਾ ਹੋ ਗਿਆ ਹੁਣ 100-150 ਡਾਲਰ ਦਾ ਮਿਲ ਜਾਂਦਾ ਇਹਦਾ ਜਿਹੜਾ ਕਵਰ ਹੈਗਾ ਉਹ ਬਿਲਕੁਲ ਫਿੱਟ ਹੋਣਾ ਚਾਹੀਦਾ ਜਿਹੜਾ ਤੁਸੀਂ ਦੇਖੋ ਫਰੰਟ ਦੀ ਸਕਰੀਨ ਹੁੰਦੀ ਹਮੇਸ਼ਾ ਡਾਰਕ ਰੰਗ ਦੀ ਹੁੰਦੀ ਤਾਂ ਕਿ ਉਹ ਅੰਦਰ ਮਾਈਕ੍ਰੋਵੇਵਸ ਹੈ ਉਹ ਬਾਹਰ ਘਟੋਂ ਮਾਈਕ੍ਰੋਵੇਵ ਜਦੋਂ ਔਨ ਕੀਤਾ ਤੁਸੀਂ ਉਹਦੇ ਅੰਦਰ ਝਾਤੀ ਮਾਰ ਕੇ ਨਾ ਦੇਖੋ 1 ਫੁੱਟ ਦੂਰ ਰਹਿਣਾ ਚਾਹੀਦਾ ਕਿਉਂਕਿ ਉਸ ਮਾਹੌਲ ਦੇ ਵਿੱਚ ਜਿਹੜਾ ਹੈਗਾ ਮਾਈਕ੍ਰੋਵੇਵ ਦੀ ਰੇਡੀਏਸ਼ਨ ਹੈਗੀ ਆ ਉਹਨੇ ਤੁਹਾਨੂੰ ਕੈਂਸਰ ਤਾਂ ਨਹੀਂ ਕਰਨਾ ਲੇਕਿਨ ਅਗਰ ਤੁਸੀਂ ਝਾਤੀ ਮਾਰ ਕੇ ਦੇਖ ਰਹੇ ਹੋ ਜਿਹੜੇ ਤੁਹਾਡੇ ਅੱਖਾਂ ਦੇ ਵਿੱਚ ਲੈਂਸ ਆ ਉਥੇ ਛੇਤੀ ਮੋਤੀਆ ਹੋਣਾ ਸ਼ੁਰੂ ਹੋਗਾ ਕਿਉਂਕਿ ਉਹਨੇ ਤਾਂ ਪਾਣੀ ਗਰਮ ਕਰਨਾ ਹੁਣ ਮੈਂ ਦੱਸਣਾ ਚਾਹੁੰਦਾ ਮਾਈਕ੍ਰੋਵੇਵ ਕੰਮ ਕਿੱਦਾਂ ਕਰਦਾ ਜਿਹੜਾ ਸਾਡਾ ਖਾਣਾ ਹੈ ਉਹਦੇ ਵਿੱਚ ਪਾਣੀ ਦੇ ਛੋਟੇ ਛੋਟੇ ਪਾਰਟਿਕਲਸ ਹੈਗੇ ਆ ਉਨੂੰ ਐਕਸਾਈਟ ਕਰਦਾ ਰੋਟੇਟ ਕਰਦਾ ਇੱਕ ਦੂਜੇ ਦੇ ਨਾਲ ਮਿਲੋਂਦਾ ਜਦਦਾ ਮੈਂ ਹੁਣ ਹੱਥ ਰਗੜੇ ਆ ਤੇ ਥੋੜੀ ਹੀਟ ਜਨਰੇਟ ਹੋਈ ਸੋ ਜਿਹੜੇ ਖਾਣੇ ਦੇ ਵਿੱਚ ਪਾਣੀ ਦੇ ਮੋਲੀਕੂਲਸ ਆ ਬਹੁਤ ਆ ਮਿਲੀਅਨਸ ਆਫ ਮੋਲੀਕੂਲਸ ਆ ਉਹ ਸਾਰਿਆਂ ਨੂੰ ਨਚਾਉਂਦਾ ਇੱਕ ਦੂਜੇ ਨਾਲ ਟਕਰੋਂਦਾ ਤਾਂ ਹੀਟ ਜਿਹੜੀ ਹੈਗੀ ਪੈਦਾ ਹੁੰਦੀ ਆ ਤੇ ਸਾਡੇ ਅੱਖ ਦੀ ਜਿਹੜੀ ਲੈਂਸ ਆ ਉਹਦੇ ਵਿੱਚ ਵੀ ਪਾਣੀ ਹੈਗਾ ਉਹਦੇ ਵਿੱਚ ਵੀ ਸੂਖਸ਼ਮ ਹੀਟ ਜਾ ਕੇ ਤੇ ਅਰਲਿਆ ਮੋਤੀਆ ਹੋਣ ਦੀ ਸੰਭਾਵਨਾ ਹੋ ਸਕਦੀ ਆ ਇਸ ਲਈ 1 ਫੁੱਟ ਦੀ ਦੂਰੀ 'ਚ ਹੀ ਰਹਿਣਾ ਚਾਹੀਦਾ हां ਬੜਾ ਈਜ਼ੀ ਆ ਤੁਸੀਂ ਬਟਨ ਦਬਾਇਆ 1.5 ਮਿੰਟ 2 ਮਿੰਟ ਜੋ ਵੀ ਤੁਸੀਂ ਲਾਇਆ ਉਹਨੇ ਚ ਹੋ ਗਿਆ ਜਿਹੜਾ ਥੱਲੇ ਟ੍ਰੇ ਆ ਉਹਨੇ ਈਵਨਲੀ ਜਿਹੜਾ ਹੈਗਾ ਫੂਡ ਜਿਹੜਾ ਹੈਗਾ ਉਹ ਹੀਟ ਕਰ ਦਿੱਤਾ ਕਲੀਨ ਅਪ ਦਾ ਇੰਨਾ ਇਸ਼ੂ ਨਹੀਂ ਹੈਗਾ ਕਾਸਟ ਬੜੀ ਦੀ ਸੇਫ ਹੈਗੀ ਆ ਹੁਣ ਮਾਈਕ੍ਰੋਵੇਵ ਦੇ ਵਿੱਚ ਜਿਹੜਾ ਸਿਰਾਮਿਕ ਹੈਗਾ ਜਿਹੜਾ ਚੀਨੀ ਦੀ ਮਿੱਟੀ ਦਾ ਭਾਂਡਾ ਹੈਗਾ ਉਹ ਵਧੀਆ ਰਹਿੰਦਾ ਮਾਈਕ੍ਰੋਵੇਵ ਦੇ ਵਿੱਚ ਜਿਹੜਾ ਆਰਡੀਨਰੀ ਪਲਾਸਟਿਕ ਆ ਉਹ ਠੀਕ ਨਹੀਂ ਜੋ ਮਾਈਕ੍ਰੋਵੇਵ ਸੇਫ ਟੀ ਵਾਲਾ ਜਿਹੜਾ ਹੈਗਾ ਮਾਈਕ੍ਰੋਵੇਵ ਸੇਫ ਵਾਲਾ ਪਲਾਸਟਿਕ ਜਿਹੜਾ ਹੈਗਾ ਇਸਤੇਮਾਲ ਕਰਨਾ ਚਾਹੀਦਾ ਬੜਾ ਸਸਤਾ ਮਿਲ ਜਾਂਦਾ ਆਪਾਂ ਦੇਖਿਓ ਢੱਕਣ ਟਾਈਪ ਹੁੰਦਾ ਆਪਣੇ ਖਾਣੇ ਦੀ ਪਲੇਟ ਦੇ ਉੱਤੇ ਵੀ ਰੱਖ ਸਕਦਾ ਤਾਂ ਕਿ ਫੂਡ ਸਪਿਲ ਨਾ ਹੋਵੇ ਜਿਹੜਾ ਆਰਡੀਨਰੀ ਪਲਾਸਟਿਕ ਆ ਉਹਦੇ ਵਿੱਚ ਬਿਸਫੀਨੋਲ ਬੀ ਆਈ ਐਸ ਪੀ ਐਚੀ ਈ ਐਨ ਓ ਐਲ ਇਹ ਕੈਮੀਕਲ ਹੁੰਦਾ ਜਿਹੜਾ ਬੜੇ ਸੁਕਸ਼ਮ ਮਾਤਰਾਜੇ ਫੂਡ ਚ ਜਾ ਸਕਦਾ ਤੇ ਇਹ ਜਿਹੜੇ ਸਾਡੇ ਬੋਡੀ ਦੇ ਨੇਚਰਲ ਹਾਰਮੋਨ ਆ ਖਾਸ ਕਰਕੇ ਐਸਟ੍ਰੋਜਨ ኢ ਐਸਟੀਰੋਜਨ ਉਹਨੂੰ ਮਿਮਿਕ ਕਰਦਾ ਉਹਦੀ ਕਾਪੀ ਕਰਦਾ ਸੋ ਉਹਦੇ ਕਰਕੇ ਛਾਤੀ ਦਾ ਵਾਧਾ ਹੋ ਸਕਦਾ ਮੋਟਾਪਾ ਹੋ ਸਕਦਾ ਗ੍ਰੋਥ ਦੀ ਪ੍ਰੋਬਲਮ ਹੋ ਸਕਦੀ ਆ ਟਾਈਮ ਤੋਂ ਛੇਤੀ ਪੀਵਰਟੀ ਹੋ ਸਕਦੀ ਆ ਮਤਲਬ ਬੱਚਾ ਜਵਾਨ ਹੋ ਸਕਦਾ 8 ਸਾਲ ਦਾ ਆਮ ਕਰਕੇ ਕੁੜੀਆਂ 9 ਸਾਲ ਦੇ ਮੁੰਡੇ ਹੁੰਦੇ ਉਸ ਤੋਂ ਪਹਿਲੋ ਜਵਾਨ ਹੋਣ ਦੀ ਸੰਭਾਵਨਾ ਹੁੰਦੀ ਆ ਸੋ ਕੈਨੇਡਾ ਦੇ ਵਿੱਚ ਹੁਣ ਬਿਸਫినੋਲ ਏ ਔਰ ਬੀ ਜਿਹੜਾ ਹੈਗਾ ਉਹ ਬੈਨਡ ਹੈਗਾ ਈਵਨ ਦੁੱਧ ਦੀ ਪਲਾਸਟਿਕ ਦੀਆਂ ਜਿਹੜੀਆਂ ਬੋਤਲਾਂ ਸੀ ਬੱਚੇ ਨੂੰ ਆਪਾਂ ਕਈ ਵਾਰ ਫਾਰਮੂਲਾ ਪਾ ਕੇ ਮਾਵਾ ਦਿੰਦੀਆਂ ਉਹ ਵੀ ਔਨ ਮਾਰਕੀਟ 'ਚ ਆਰਡੀਨਰੀ ਪਲਾਸਟਿਕ ਦੀਆਂ ਨਹੀਂ ਆ ਸੋ ਜਿਹੜਾ ਮਾਈਕ੍ਰੋਵੇਵੇਬਲ ਸੇਫਟੀ ਵਾਲਾ ਪਲਾਸਟਿਕ ਹੈ ਉਹ ਹੀ ਯੂਜ਼ ਕਰਨਾ ਮੈਟਲ ਅਗਰ ਆਪਾਂ ਯੂਜ਼ ਕਰਾਂਗੇ ਤਾਂ ਉਹਦੇ ਵਿੱਚ ਅੰਗਾਰ ਲੱਗੂਗਾ ਇੱਕ ਕਿਸਮ ਦਾ ਉਹ ਐਂਟੀਨਾ ਬਣ ਜਾਂਦਾ ਕਿਉਂਕਿ ਇਹ ਅਜੇ ਵੀ ਤਰੰਗਾਂ ਹੈਗੀਆਂ ਸੋ ਸਪਾਰਕਸ ਹੁੰਦੇ ਜਾਂ ਬਲਾਸਟ ਹੁੰਦੇ ਚਾਂਸਸ ਹੈਗੇ ਸੋ ਮੈਟਲ ਨਹੀਂ ਇਸਤੇਮਾਲ ਕਰਨਾ ਬਹੁਤ ਲੋਕੀ ਕਹਿੰਦੇ ਆ ਵੀ ਇਹਦੇ ਵਿੱਚ ਕਿਹੜੇ ਫੂਡ ਜਿਹੜੇ ਹੈਗੇ ਆਪਾਂ ਨਹੀਂ ਕਰ ਸਕਦੇ ਹੁਣ ਗੋਰਿਆਂ ਦੇ ਵਿੱਚ ਉਹਨਾਂ ਦਾ ਬ੍ਰੈਕਫਾਸਟ ਦਾ ਹੁੰਦਾ ਵੀ ਅੰਡੇ ਦੇ ਨਾਲ ਬੇਕਨ ਸਟ੍ਰਿਪਸ ਖਾਂਦੇ ਜਿਹੜੇ ਸੂਰ ਦੇ ਫਾਈਨ ਸਟ੍ਰਿਪਸ ਹੁੰਦੇ ਆ ਉਹ ਅਗਰ ਪਾ ਮਾਈਕ੍ਰੋਵੇਵ 'ਚ ਬਣਾਵਾਂਗੇ ਤੇ ਉਹ ਰਬਰੀ ਹੋ ਜਾਣਗੇ ਸੌਗੀ ਹੋ ਜਾਣਗੇ ਕਿਉਂਕਿ ਉਹਨੇ ਗਿੱਲਾ ਕਰ ਦੇਣਾ ਪਾਣੀ ਜਿਹੜਾ ਹੈਗਾ ਮੋਲੀਕੂਲਸ ਉਹਨੂੰ ਅਟੈਕ ਕਰਦਾ ਜਿਹੜਾ ਫੈਟ ਆ ਉਹਨੂੰ ਵੀ ਥੋੜਾ ਰਬਰੀ ਕਰ ਦੂਗਾ ਉਹ ਉਹਨਾਂ ਨੂੰ ਤਵੇ ਤੇ ਜਾਂ ਗ੍ਰਿਲ ਤੇ ਹੀ ਕਰਨਾ ਪਊਗਾ ਜਿਹੜਾ ਸਬਜ਼ੀਆਂ ਆ ਉਹਦਾ ਜਿਹੜਾ ਨਿਊਟ੍ਰੀਐਂਟ ਵੈਲਿਊ ਆ ਉਹਦੇ ਜਿਹੜੇ ਵਾਈਟਾਮਿਨ ਆ ਮਿਨਰਲ ਆ ਉਹ ਮਾਈਕ੍ਰੋਵੇਵ 'ਚ ਜ਼ਿਆਦਾ ਰੀਟੇਨ ਰਹਿੰਦੇ ਆ ਉਹ ਸਟੱਡੀ ਇਹ ਸ਼ੋ ਕਰਦੀ ਆ ਵੀ ਪਾਲਕ ਆ ਜਿਹੜਾ ਅਸੀਂ ਖਾਸ ਕਰਕੇ ਸਾਗ 'ਚ ਕਈ ਕਈ ਘੰਟੇ ਉਹਨੂੰ ਬੀਬੀਆਂ ਰੰਧੀਆਂ ਜਾਂ ਸਲੋ ਕੁੱਕਰ 'ਚ ਔਰ ਇਹਨਾਂ ਦੇ ਨਾਲ 60 ਤੋਂ 70% ਜਿਹੜਾ ਉਹਦਾ ਫੋਲਿਕ ਐਸਿਡ ਆ ਇੱਕ B12 ਹੁੰਦਾ ਇੱਕ ਫੋਲਿਕ ਐਸਿਡ ਹੁੰਦਾ ਫੋਲਿਕ ਐਸਿਡ ਖਤਮ ਹੋ ਜਾਂਦਾ ਲੇਕਿਨ ਮਾਈਕ੍ਰੋਵੇਵ ਕੇ ਕਰਨ ਦੇ ਨਾਲ ਸਿਰਫ 20% ਖਤਮ ਹੁੰਦਾ 80% ਰਿਟੇਨ ਹੁੰਦਾ ਸੋ ਕਾਫੀ ਇੱਕ ਜਿਹੜੀਆਂ ਸਬਜ਼ੀਆਂ ਜਿਹੜੀਆਂ ਹੈਗੀਆਂ ਮਾਈਕ੍ਰੋਵੇਵ 'ਚ ਉਹ ਬੈਟਰ ਰਹਿੰਦੀਆਂ ਉਹਨਾਂ ਦਾ ਨਿਊਟ੍ਰੀਐਂਟ ਵੈਲਿਊ ਉਹਨਾਂ ਦਾ ਟੇਸਟ ਵੀ ਤੇ ਮਿਨਰਲਸ ਵੀ ਸੋ ਮਾਈਕਰੋਵੇਵ ਪ੍ਰਤੀ ਹੁਣ 50 ਸਾਲ ਤੋਂ ਉੱਤੇ ਆਮ ਜਨ ਜੀਵਨ ਚ ਹੋ ਗਿਆ 97% ਘਰਾਂ ਦੇ ਵਿੱਚ ਮਾਈਕਰੋਵੇਵ ਅਵੇਲੇਬਲ ਹੈਗਾ ਔਰ ਇਸ ਬਿਲਕੁਲ ਸੇਫ ਆ ਲੇਕਿਨ ਜਿਹੜੀ ਨਿਊਜ਼ਾਂ ਕਈ ਵਾਰ ਆਉਂਦੀਆਂ ਵੀ ਇਹ ਵੇਵਸ ਇਹ ਕਰਨਗੇ ਉਹ ਕਰਨਗੇ ਇਹ ਸਾਰੀ ਰਿਸਰਚ ਹੋ ਚੁੱਕੀ ਹੈ ਨਾਸਾ ਨੇ ਵੀ ਕੀਤੀ ਆ ਜਿਹੜੇ ਰੇਡੀਏਸ਼ਨ ਦੇ ਐਕਸਪਰਟ ਹੈ ਮਾਹਿਰ ਉਹਨਾਂ ਨੇ ਵੀ ਕੀਤੀ ਆ ਸੋ ਮਾਈਕਰੋਵੇਵ ਤੁਹਾਨੂੰ ਕੈਂਸਰ ਨਹੀਂ ਕਰ ਸਕਦਾ ਇਹਦੇ ਉੱਤੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਇਨਫੋਰਮੇਸ਼ਨ ਹੈਗੀ ਆ ਅਗਲੇ ਹਫਤੇ ਫਿਰ ਤੁਹਾਡੇ ਲਈ ਇੱਕ ਹੋਰ ਪ੍ਰੋਗਰਾਮ ਸਾਹਮਣੇ ਲੈ ਕੇ ਆਵਾਂਗੇ ਖੁਸ਼ ਰਹੋ ਆਬਾਦ ਰਹੋ ਹੱਸਦੇ ਰਹੋ ਵਸਦੇ ਰਹੋ ਫਿਰ ਮਿਲਾਂਗੇ ਬਹੁਤ ਬਹੁਤ ਧੰਨਵਾਦ